ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਫਾਰ ਪੰਜਾਬੀ YouTube ਦੇ ਚੈਨਲ ਉੱਪਰ ਇਹ ਚੈਨਲ ਤੇ ਆਪਾਂ ਪੰਜਾਬੀ UGC NET ਸੰਬੰਧੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਮਾਨਸਲ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰਾਂ ਦੋਸਤੋ ਇਸ ਤੋਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਪੰਜਾਬੀ UGC NET ਦਸੰਬਰ 2019 ਦੇ 20 ਪ੍ਰਸ਼ਨ ਹੱਲ ਕੀਤੇ ਸੀ ਹੁਣ ਇਸ ਲੈਕਚਰ ਦੇ ਵਿੱਚ ਆਪਾਂ ਅਗਲੇ ਪ੍ਰਸ਼ਨ ਹੱਲ ਕਰਾਂਗੇ ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲਾ ਲੈਕਚਰ ਨਹੀਂ ਸੁਣਿਆ ਤਾਂ ਉਹਦਾ ਲਿੰਕ ਵੀ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤਾਂ ਤੁਸੀਂ ਉੱਥੇ ਜਾ ਕੇ ਉਹ ਲੈਕਚਰ ਵੀ ਸੁਣ ਸਕਦੇ ਹੋ ਦੋਸਤੋ ਇਹ ਪ੍ਰਸ਼ਨ ਕਿੱਸਾ ਕਾਵ ਨਾਲ ਸੰਬੰਧਿਤ ਹੈ ਇਸ ਅੰਦਰ ਪੰਜਾਬੀ ਕਿੱਸਾਕਾਰਾਂ ਦਾ ਸਹੀ ਕਾਲ ਕਰਮ ਪੁੱਛਿਆ ਗਿਆ ਹੈ ਭਾਵ ਕਿ ਕਿੱਸਾਕਾਰਾਂ ਦੇ ਜਨਮ ਸਮਾਂ ਕਾਲ ਅਨੁਸਾਰ ਵਾਧੇ ਕਰਮ ਵਿੱਚ ਦੱਸਣਾ ਹੈ ਕਿ ਕਿਸ ਕਿੱਸਾਕਾਰ ਦਾ ਸਮਾਂ ਕਾਲ ਪਹਿਲਾਂ ਹੈ ਤੇ ਕਿਸ ਦਾ ਉਸ ਤੋਂ ਬਾਅਦ ਇਸ ਪ੍ਰਸ਼ਨ ਦੇ ਹੱਲ ਲਈ ਕਿੱਸਾ ਕਾਵ ਦੇ ਇਤਿਹਾਸ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਦਿੱਤੇ ਹੋਏ ਆਪਸ਼ਨ ਜਤੋਂ ਪਤਾ ਲੱਗਦਾ ਹੈ ਕਿ ਪਹਿਲਾ ਉੱਤਰ ਸਹੀ ਹੈ ਕਿਉਂਕਿ ਚਿਰਾਗ ਅਵਾਨ 18ਵੀਂ ਸਦੀ ਦਾ ਹਾਸ਼ਮ 18ਵੀਂ 19ਵੀਂ ਸਦੀ ਦਾ ਅਤੇ ਕਾਦਰ ਯਾਰ 19ਵੀਂ ਸਦੀ ਦਾ ਕਿੱਸਾਕਾਰ ਹੈ ਬਾਕੀ ਸਾਰੇ ਆਪਸ਼ਨਾਂ ਦੇ ਅੰਦਰ ਕਾਲਕਰਮ ਸਹੀ ਨਹੀਂ ਦਰਸਾਇਆ ਗਿਆ ਇਸ ਕਰਕੇ ਸਾਡਾ ਲੋੜੀ ਦਾ ਉੱਤਰ 1 ਹੈ ਦੋਸਤੋ ਇਸ ਪ੍ਰਸ਼ਨ ਦਾ ਸਬੰਧ ਵਿਚਾਰਧਾਰਾ ਨਾਲ ਹੈ ਹਰੇਕ ਸਾਹਿਤਕਾਰ ਕਿਸੇ ਨਾ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸਾਹਿਤ ਦੀ ਰਚਨਾ ਕਰਦਾ ਹੈ ਦੋਸਤੋ ਮਨੋਵਿਗਿਆਨ ਮਨੋਵਿਗਿਆਨਿਕ ਵਿਚਾਰਧਾਰਾ ਦਾ ਆਰੰਭ ਫਰਾਇਡ ਤੇ ਜੰਗ ਵਰਗੇ ਮਹਾਨ ਮਨੋਵਿਗਿਆਨੀਆਂ ਤੋਂ ਹੁੰਦਾ ਹੈ ਜਿਨ੍ਹਾਂ ਨੇ ਮਨੁੱਖ ਦੇ ਮਾਨਸਿਕ ਹਾਲਾਤਾਂ ਨੂੰ ਬਿਆਨ ਕਰਦੀਆਂ ਰਚਨਾਵਾਂ ਰਚੀਆਂ ਅਤੇ ਉਹਨਾਂ ਉੱਪਰ ਆਲੋਚਨਾ ਕੀਤੀ ਯਥਾਰਥਵਾਦ ਤੋਂ ਭਾਵ ਹੈ ਸੱਚ ਯਥਾਰਥਵਾਦੀ ਸਾਹਿਤਕਾਰ ਆਪਣੀ ਰਚਨਾ ਅੰਦਰ ਸਮਾਜ ਦੀਆਂ ਸੱਚੀਆਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਕਥਾ ਵਸਤੂ ਪੇਸ਼ ਕਰਦਾ ਹੈ ਜਦ ਕਿ ਮਨੋਵਿਗਿਆਨ ਮਨੋਵਿਗਿਆਨਕ யਥਾਰਤਵਾਦ ਅੰਦਰ ਸਮਾਜਿਕ ਮਨੁੱਖ ਦੇ ਮਨ ਅੰਦਰ ਵਾਪਰੀਆਂ ਸਵੇਦਨਾਮਾ ਦੀ ਸਚਾਈ ਨੂੰ ਆਧਾਰ ਬਣਾ ਕੇ ਕਥਾ ਕਹਾਣੀ ਵਸਤੂ ਸਿਰਜਿਆ ਜਾਂਦਾ ਹੈ ਦੋਸਤੋ ਪੰਜਾਬੀ ਅੰਦਰ ਸਜੀਤ ਸਿੰਘ ਸੇਠੀ ਨਰਿੰਜਨ ਤਸਨੀਮ ਤੇ ਸੁਖਵੀਰ ਆਦ ਪ੍ਰਸਿੱਧ ਮਨੋਵਿਗਿਆਨਕ யਥਾਰਤਵਾਦੀ ਸਾਇਹਤਕਾਰ ਹਨ ਸੋ ਇੰਦਰ ਸਿੰਘ ਖਾਮੋਸ਼ ਹੀ ਜੋ ਆਪਸ਼ਨ ਦੋ ਹੈ ਸਾਡਾ ਸਹੀ ਉੱਤਰ ਹੈ ਜੋ ਕਿ ਮਨੋਵਿਗਿਆਨਿਕ ਯਥਾਰਥਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਨਹੀਂ ਹੈ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਇਸਲਾਮ ਅਤੇ ਸੂਫੀਵਾਦ ਪੁਸਤਕ ਦਾ ਲੇਖਕ ਕੌਣ ਹੈ ਦੋਸਤੋ ਦੀਵਾਨ ਸਿੰਘ ਗੁਲਵੰਤ ਸਿੰਘ ਹਜਿੰਦਰ ਸਿੰਘ ਢਿੱਲੋਂ ਅਤੇ ਲਾਜਵੰਤੀ ਰਾਮਾ ਕ੍ਰਿਸ਼ਨ ਆਦਿ ਪ੍ਰਸਿੱਧ ਪੰਜਾਬੀ ਸੂਫੀਵਾਦੀ ਵਿਦਵਾਨ ਹਨ ਦੋਸਤੋ ਇਸਲਾਮ ਅਤੇ ਸੂਫੀਵਾਦ ਕਿਤਾਬ ਗਲਵੰਤ ਸਿੰਘ ਦੀ ਰਚਨਾ ਹੈ ਭਾਵ ਸਾਡਾ ਸਹੀ ਉੱਤਰ অপਸ਼ਨ 2 ਹੈ ਦੋਸਤੋ ਇਹ ਪ੍ਰਸ਼ਨ ਸੂਚੀ ਵਾਲਾ ਹੈ ਇਸ ਵਿੱਚ ਇੱਕ ਪਾਸੇ ਸਰੀਰ ਦੇ ਅੰਗ ਅਤੇ ਦੂਸਰੇ ਪਾਸੇ ਗਹਿਣੇ ਦਿੱਤੇ ਗਏ ਹਨ ਅਸੀਂ ਗਹਿਣਿਆਂ ਦੇ ਪਹਿਨਣ ਯੋਗ ਸਹੀ ਸਰੀਰਕ ਅੰਗ ਅਨੁਸਾਰ ਸਹੀ ਮਿਲਾਨ ਕਰਨਾ ਹੈ ਦੋਸਤੋ ਇਹ ਪ੍ਰਸ਼ਨ ਪੰਜਾਬੀ ਲੋਕ ਧਾਰਾ ਨਾਲ ਸੰਬੰਧਿਤ ਹੈ ਸੋ ਬਲਬੀਰ ਸਿੰਘ ਪੂਨੀ ਕਰਨੈਲ ਸਿੰਘ ਥਿੰਦ ਤੇ ਬੰਜਾਰਾ ਬੇਦੀ ਆਦ ਦੀਆਂ ਰਚਨਾਵਾਂ ਇਸ ਦੇ ਹਾਲੀ ਸਾਡੀ ਸਹਾਇਤਾ ਕਰਨਗੀਆਂ ਦੋਸਤੋ ਸੋਨ ਚੜੀਆਂ ਤੇ 부ਜਲੀਆਂ ਗਹਿਣੇ ਕੰਨਾਂ ਵਿੱਚ ਪਹਿਨੇ ਜਾਂਦੇ ਹਨ ਹਾਲ ਦੇ ਲਈ ਗਰਦਨ ਦਾ ਗਹਿਣਾ ਹੈ ਸਿੰਘਾੜੇ ਅਤੇ ਲੱਡੇ ਹੱਥਾਂ ਵਿੱਚ ਪਹਿਨੇ ਜਾਂਦੇ ਹਨ ਜੰਜੀਰੀਆਂ ਵਾਲੇ ਲੱਛੇ ਅਤੇ ਗੁਸਲਪੂਰੀ ਪੈਰਾਂ ਦੇ ਗਹਿਣੇ ਹਨ ਇਸ ਪ੍ਰਕਾਰ ਇਹਨਾਂ ਸਭ ਨੂੰ ਦਸਾਉਂਦਾ ਆਪਸ਼ਨ 4 ਹੀ ਸਾਡਾ ਸਹੀ ਉੱਤਰ ਹੈ ਦੋਸਤੋ ਅਗਲਾ ਪ੍ਰਸ਼ਨ ਮਾਰਕਸਵਾਦੀ ਆਲੋਚਕਾਂ ਨਾਲ ਸੰਬੰਧਿਤ ਹੈ ਭਾਵ ਅਸੀਂ ਉਹ ਵਿਦਵਾਨਾਂ ਦਾ ਵਰਗ ਲੱਭਣਾ ਹੈ ਜੋ ਸਾਹਿਤਿਕ ਰਚਨਾਵਾਂ ਦੀ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਆਲੋਚਨਾ ਕਰਦੇ ਹਨ ਪੰਜਾਬੀ ਅੰਦਰ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਸਜੀਤ ਸਿੰਘ ਪੱਟੀ, ਰਵਿੰਦਰ ਸਿੰਘ ਆਦ ਪਸਿੱਧ ਮਾਰਕਸਵਾਦੀ ਆਲੋਚਕ ਹਨ ਇਸ ਪ੍ਰਕਾਰ ਸਾਡਾ ਸਹੀ ਵਰਗ অপਸ਼ਨ 2 ਹੈ ਦੋਸਤੋ ਇਹ ਪ੍ਰਸ਼ਨ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹੈ ਇਸ ਵਿੱਚ ਸਮਾਜ ਭਾਸ਼ਾ ਵਿਗਿਆਨ ਬਾਰੇ ਪੁੱਛਿਆ ਗਿਆ ਹੈ ਦੋਸਤੋ ਸਮਾਜ ਭਾਸ਼ਾ ਵਿਗਿਆਨ ਦਾ ਸੰਬੰਧ ਸਮਾਜਿਕ ਪੱਧਰ ਨਾਲ ਹੈ ਭਾਵੇਂ ਸਾਡੇ ਕਿਤੇ ਸਮਾਜਿਕ ਵਰਗ ਆਦ ਭਾਸ਼ਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਡਰਾਈਵਰਾਂ ਦੀਆਂ ਕਈ ਭਾਸ਼ਾਹੀ ਗੱਲਾਂ ਆਪਣੀਆਂ ਨਰਾਲੀਆਂ ਅਤੇ ਹੋਰ ਨਾਲੋਂ ਵੱਖਰੀਆਂ ਹਨ ਇਸ ਤਰ੍ਹਾਂ ਲੋਹਾਰ ਤਰਖਾਨ ਆਦ ਕਿੱਤਿਆਂ ਨਾਲ ਸੰਬੰਧਿਤ ਵਿਅਕਤੀਆਂ ਦੇ ਕਈ ਭਾਸ਼ਾਈ ਸ਼ਬਦ ਰਾਖਵੇਂ ਹੁੰਦੇ ਹਨ ਇਸ ਪ੍ਰਕਾਰ ਸਮਾਜ ਭਾਸ਼ਾ ਵਿਗਿਆਨ ਸਾਡੀ ਸਮਾਜਿਕ ਬਣਤਰ ਅਤੇ ਵੱਖ-ਵੱਖ ਸਮਾਜਿਕ ਵਰਗਾਂ ਦੁਆਰਾ ਵਰਤੇ ਜਾਂਦੇ ਰਾਖਵੇਂ ਭਾਸ਼ਾਈ ਪ੍ਰਯੋਗ ਉੱਪਰ ਨਿਰਭਰ ਕਰਦੀ ਹੈ ਇਸ ਪ੍ਰਕਾਰ ਦਿੱਤੇ ਆਪਸ਼ਨ ਤੋਂ ਸਪਸ਼ਟ ਹੈ ਕਿ ਸਾਡਾ ਸਹੀ ਉੱਤਰ ਆਪਸ਼ਨ 2 ਹੈ ਦੋ ਇਹ ਪ੍ਰਸ਼ਨ ਵੀ ਮਾਰਕਸਵਾਦੀ ਚਿੰਤਕਾਂ ਨਾਲ ਸੰਬੰਧਿਤ ਹੈ ਇਸ ਵਿੱਚ ਪੁੱਛਿਆ ਗਿਆ ਹੈ ਕਿ ਮਾਰਕਸਵਾਦੀ ਦ੍ਰਿਸ਼ਟੀ ਤੋਂ ਗੁਰਬਾਣੀ ਦਾ ਅਧਿਐਨ ਕਰਨ ਵਾਲੇ ਚਿੰਤਕਾਂ ਦਾ ਸਹੀ ਜੋਟ ਕਿਹੜਾ ਹੈ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਸੰਤ ਸਿੰਘ ਸੇਖੋਂ ਕਿਸ਼ਨ ਸਿੰਘ ਰਵਿੰਦਰ ਸਿੰਘ ਤੇ ਸਜੀਤ ਭੱਟੀ ਆਦਿ ਪ੍ਰਸਿੱਧ ਮਾਰਕਸਵਾਦੀ ਚਿੰਤਕ ਹਨ ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਨੇ ਗੁਰੂਆਂ ਦੁਆਰਾ ਰਚਿਤ ਗੁਰਬਾਣੀ ਦਾ ਅਧਿਐਨ ਮਾਰਕਸਵਾਦੀ ਦ੍ਰਿਸ਼ਟੀ ਦੇ ਨੇਮਾ ਅਨੁਸਾਰ ਕੀਤਾ ਹੈ ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 2 ਹੈ ਦੋਸਤੋ ਅਗਲਾ ਪ੍ਰਸ਼ਨ ਨਾਟਕ ਵਿਦਾ ਨਾਲ ਸੰਬੰਧਿਤ ਹੈ ਇਸ ਵਿੱਚ ਨਾਟਕ ਦਾ ਨਾਮ ਦੇ ਕੇ ਉਸਦੇ ਨਾਇਕ ਬਾਰੇ ਪੁੱਛਿਆ ਗਿਆ ਹੈ ਦੋਸਤੋ ਮਸੀਹਾ ਸੂਲੀ ਤੇ ਮੁਸਕਰਾਇਆ ਡਾਕਟਰ ਹਰਚੰਦ ਸਿੰਘ ਦੁਆਰਾ ਰਚਿਤ ਮਹੱਤਵਪੂਰਨ ਨਾਟਕ ਹੈ ਇਹ ਨਾਟਕ 1980 ਈਸਵੀ ਵਿੱਚ ਰਚਿਆ ਗਿਆ ਸੀ ਇਸ ਦੋਸਤੋ ਇਸ ਦਾ ਨਾਇਕ ਅਮਰ ਸ਼ਹੀਦ ਭਗਤ ਸਿੰਘ ਹੈ ਇਸ ਕਰਕੇ ਸਾਡਾ ਆਪਸ਼ਨ 2 ਸਾਡਾ ਸਹੀ ਉੱਤਰ ਹੈ ਦੋਸਤੋ ਇਹ ਪ੍ਰਸ਼ਨ ਸੂਚੀ ਵਾਲਾ ਹੈ ਇਸ ਵਿੱਚ ਇੱਕ ਪਾਸੇ ਭਾਸ਼ਾ ਵਿਗਿਆਨ ਦੇ ਵੱਖ-ਵੱਖ ਰੂਪਾਂ ਦੇ ਨਾਮ ਅਤੇ ਦੂਸਰੇ ਪਾਸੇ ਉਹਨਾਂ ਨਾਲ ਸੰਬੰਧਿਤ ਅੰਗ ਦਿੱਤੇ ਗਏ ਹਨ। ਅਸੀਂ ਦੱਸਣਾ ਹੈ ਕਿ ਕਿਹੜੇ-ਕਿਹੜੇ ਅੰਗ ਜਾਂ ਟਰਮਾਂ ਕਿਸ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹਨ। ਇਸ ਪ੍ਰਸ਼ਨ ਦੇ ਹੱਲ ਲਈ ਸਾਡੇ ਭਾਸ਼ਾ ਵਿਗਿਆਨੀਆਂ ਪ੍ਰੇਮ ਪ੍ਰਕਾਸ਼ ਸਿੰਘ, ਬੂਟਾ ਬਰਾੜ ਤੇ ਡਾਕਟਰ ਸੰਘਾ ਦੀਆਂ ਰਚਨਾਵਾਂ ਸਾਡੀ ਮਦਦ ਕਰਦੀਆਂ ਹਨ। ਦੋਸਤੋ ਪੇਜਨ ਤੇ ਰਜਿਸਟਰ ਸਮਾਜ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹਨ। ਬਾਕਾਂਛ ਉਸਾਰੀ ਅਤੇ ਯੋਗਤਾ ਤੇ ਨਿਭਾਉ ਦਾ ਸੰਬੰਧ ਰੂਪਾਂਤਰੀ ਵਿਆਕਰਨ ਨਾਲ ਹੈ ਬਰੋਕਾ ਖੇਤਰ ਭਾਸ਼ਾਈ ਗ੍ਰਹਿਣਕਾਰੀ ਨਿਊਰੋ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹਨ ਭਾਸ਼ਾਈ ਭੰਗੋਲ ਤੇ ਭਾਸ਼ਾ ਪਰਿਵਾਰ ਇਤਿਹਾਸਿਕ ਭਾਸ਼ਾ ਵਿਗਿਆਨ ਦਾ ਹਿੱਸਾ ਹਨ ਇਸ ਪ੍ਰਕਾਰ ਸਾਡਾ ਲੋੜੀ ਦਾ ਉੱਤਰ ਆਪਸ਼ਨ 4 ਹੈ ਦੋਸਤੋ ਇਹ ਪ੍ਰਸ਼ਨ ਲੋਕਤਾਰਾਦੀ ਬਣ ਗਈ ਲੋਕ ਨਾਚ ਨਾਲ ਸੰਬੰਧਿਤ ਹੈ ਪ੍ਰਸ਼ਨ ਵਿੱਚ ਲੋਕ ਨਾਚ ਦੇ ਮੁੱਖ ਲੱਛਣਾਂ ਬਾਰੇ ਪੁੱਛਿਆ ਗਿਆ ਹੈ। ਦੋਸਤੋ, ਭੰਗੜਾ, ਗਿੱਧਾ, ਕਿੱਕਲੀ, ਲੁੱਡੀ ਆਦ ਸਾਡੇ ਲੋਕ ਨਾਚ ਹਨ। ਆਪਸ਼ਨ A ਅੰਦਰ ਕਿਹਾ ਗਿਆ ਹੈ ਕਿ ਇਹ ਸਹਿਜ ਸੁਭਾਅ ਹੁੰਦਾ ਹੈ। ਇਸ ਦੀਆਂ ਆਦਾਵਾਂ ਸਧਾਰਨ ਜ਼ਿੰਦਗੀ ਵਿੱਚੋਂ ਹੁੰਦੀਆਂ ਹਨ। ਹਾਂ ਇਹ ਸਹੀ ਹੈ ਕਿ ਲੋਕ ਨਾਚ ਸਹਿਜ ਸੁਭਾਅ ਹੀ ਨੱਚਿਆ ਜਾਂਦਾ ਹੈ। ਇਸ ਦੀਆਂ ਆਦਾਵਾਂ ਸਧਾਰਨ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ। ਬੀ ਆਪਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਸੁਰ ਤਾਲ ਵਿੱਚ ਪੂਰਾ ਨਹੀਂ ਹੁੰਦਾ ਇਹ ਗਲਤ ਹੈ ਕਿਉਂਕਿ ਭੰਗੜਾ ਗਿੱਧਾ ਆਦ ਸਾਰੇ ਲੋਕ ਨਾਚ ਵੱਖ-ਵੱਖ ਤਾਲ ਉੱਤੇ ਪੂਰੇ ਸੁਰ ਤੇ ਤਾਲ ਵਿੱਚ ਨੱਚੇ ਜਾਂਦੇ ਹਨ ਆਪਸ਼ਨ ਸੀ ਵੀ ਠੀਕ ਹੈ ਕਿਉਂਕਿ ਇਸ ਵਿੱਚ ਸਮਾਪਤਾ ਹੁੰਦੀ ਹੈ ਤੇ ਇਹਨਾਂ ਨਾਚਾਂ ਨੂੰ ਨੱਚਣ ਲਈ ਵਿਸ਼ੇਸ਼ ਸਟੇਜ ਸਜਾਵਟ ਦੀ ਲੋੜ ਨਹੀਂ ਹੁੰਦੀ ਇਹ ਤਾਂ ਸਹਿਜ ਹੀ ਮੌਕਾ ਬਣਦੇ ਕਿਤੇ ਵੀ ਨੱਚੇ ਜਾ ਸਕਦੇ ਹਨ ਇਸ ਪ੍ਰਕਾਰ ਸਾਡਾ ਉੱਤਰ A ਅਤੇ C ਨੂੰ ਦਰਸਾਉਂਦਾ ਆਪਸ਼ਨ 3 ਹੈ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਸਮਕਾਲੀ ਭਾਸ਼ਾ ਵਿਗਿਆਨ ਅਨੁਸਾਰ ਭਾਸ਼ਾ ਦੀ ਪਰਿਭਾਸ਼ਾ ਕਿਹੜੀ ਹੈ ਦੋਸਤੋ ਭਾਸ਼ਾ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਵੱਖ-ਵੱਖ ਵਿਦਵਾਨ ਤੇ ਭਾਸ਼ਾ ਵਿਗਿਆਨੀ ਸਮੇਂ-ਸਮੇਂ ਵੱਖ-ਵੱਖ ਪਰਿਭਾਸ਼ਾਵਾਂ ਪੇਸ਼ ਕਰਦੇ ਰਹਿੰਦੇ ਹਨ ਸਮਕਾਲੀ ਭਾਸ਼ਾ ਵਿਗਿਆਨ ਅੰਦਰ ਪਾਸ਼ਾ ਨੂੰ ਮਨੁੱਖੀ ਸਮਾਜ ਵਿੱਚ ਬੋਲਣ ਅਤੇ ਲੇਖਣ ਦਾ ਵਰਤਾਰਾ ਸਮਝਿਆ ਜਾਂਦਾ ਹੈ ਇਸ ਪ੍ਰਕਾਰ ਸਾਡਾ ਸਹੀ ਉੱਤਰ অপਸ਼ਨ 3 ਹੈ ਦੋਸਤੋ ਇਸ ਪ੍ਰਸ਼ਨ ਅੰਦਰ ਗੁਰੂ ਗ੍ਰੰਥ ਸਾਹਿਬ ਅੰਦਰਲੇ ਕਾਫ ਰੂਪ ਅਤੇ ਉਹਨਾਂ ਦੇ ਬਾਣੀਕਾਰਾਂ ਬਾਰੇ ਪੁੱਛਿਆ ਗਿਆ ਹੈ ਕਿ ਇਸ ਬਾਣੀ ਕੇ ਕਿਸ ਬਾਣੀਕਾਰ ਨੇ ਕਿਹੜੇ ਕਾਫ ਰੂਪ ਵਰਤੇ ਹਨ ਦੋਸਤੋ অপਸ਼ਨ ਵੇਖਣ ਤੇ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸਿਰਫ ਸ਼ਲੋਕ ਅਤੇ ਪਦੇ ਲਿਖੇ ਹਨ ਜਦਕਿ ਇੱਥੇ ਸ਼ਬਦ ਸ਼ਲੋਕ ਅਤੇ ਪੈਰੇ ਨਾਲ ਉਹਨਾਂ ਦਾ ਜੋਟ ਬਣਾਇਆ ਗਿਆ ਹੈ ਜੋ ਕਿ ਗਲਤ ਹੈ ਇਸ ਪ੍ਰਕਾਰ ਸਹੀ ਉੱਤਰ অপਸ਼ਨ 4 ਹੈ ਦੋਸਤੋ ਇਸ ਪ੍ਰਸ਼ਨ ਅੰਦਰ ਨਾਰੀ ਕਵਿਤਰੀਆਂ ਅਤੇ ਉਹਨਾਂ ਦੀਆਂ ਪੁਸਤਕਾਂ ਦਾ ਸਹੀ ਜੋਟ ਪਛਾਣਨਾ ਹੈ ਦੋਸਤੋ ਉਪਰੋਕਤ ਵਿੱਚੋਂ ਨਦੀ ਨੂੰ ਬਹਿਣਾ ਪਿਆ ਅਮਰਜੀਤ ਘੁੰਮਣ ਅਤੇ ਮਜਰਾਬ ਮਨਜੀਤਪਾਲ ਕੌਰ ਹੀ ਸਹੀ ਜੁਟ ਹਨ ਜਦ ਕਿ ਬਾਕੀ ਮੰਦਰ ਸप्तक ਤੇ ਐਵੇਂ ਕਿਵੇਂ ਜੋ ਕਵਤਾਮ ਸਕਪਤਾ ਸਗਰੇ ਹਨ ਉਹਨਾਂ ਸਾਹਮਣੇ ਜੋ ਕਵਿਤਰੀਆਂ ਦੇ ਨਾਮ ਦਿੱਤੇ ਗਏ ਹਨ ਉਹ ਜੁਟ ਸਹੀ ਨਹੀਂ ਹਨ ਇਸ ਪ੍ਰਕਾਰ ਸਾਡਾ ਉੱਤਰ ਸੀ ਅਤੇ ਡੀ ਨੂੰ ਦਰਸਾਉਂਦਾ ਆਪਸ਼ਨ 3 ਹੈ ਦੋਸਤੋ ਇਹ ਪ੍ਰਸ਼ਨ ਕਥਨ ਤੇ ਕਾਰਨ ਵਾਲਾ ਹੈ ਕਥਨ ਹੈ ਕਿ ਮੋਢਲੀ ਆਧੁਨਿਕ ਪੰਜਾਬੀ ਕਹਾਣੀ ਇੱਕ ਪਾਸੇ ਮੱਧਕਾਲੀ ਲੋਕ ਕਥਾ ਦਾ ਸਜਨਾਤਮਿਕ ਰੂਪਾਂਤਰਣ ਆਧੁਨਿਕਤਾ ਦੇ ਪ੍ਰਸੰਗ ਵਿੱਚ ਕਰਦੀ ਹੈ ਅਤੇ ਦੂਜੇ ਪਾਸੇ ਪੱਛਮੀ ਕਹਾਣੀ ਰੂਪਾਕਾਰ ਦੀਆਂ ਕੁਝ ਕਥਾਜੁਗਤਾਂ ਦੇ ਪੰਜਾਬੀ ਕਰਨ ਦਾ ਰਾਹ ਅਖਤਿਆਰ ਕਰਦੀ ਹੈ ਇਹ ਬਿਲਕੁਲ ਸਹੀ ਹੈ ਕਿ ਮੋਢਲੀ ਕਹਾਣੀ ਮੋਢਲੀ ਪੰਜਾਬੀ ਕਹਾਣੀ ਮੱਧਕਾਲੀ ਲੋਕ ਥਾਮਾਂ ਦਾ ਰੂਪਾਂਤਰਣ आधुनिक ਪ੍ਰਸੰਗ ਵਿੱਚ ਕਰਦੀ ਹੈ ਅਤੇ ਨਾਲ ਹੀ ਪੱਛਮੀ ਕਹਾਣੀ ਰੂਪਾਕਾਰ ਦੀਆਂ ਨਾੜਜੁਗਤਾਂ ਤੋਂ ਵੀ ਪ੍ਰਭਾਵਿਤ ਹੋ ਕੇ ਉਹਨਾਂ ਦਾ ਪੰਜਾਬੀਕਰਨ ਕਰਦੀ ਹੈ। ਦੋਸਤੋ ਇੱਥੇ ਕਾਰਨ ਦੱਸਿਆ ਗਿਆ ਹੈ ਕਿ ਆਧੁਨਿਕ ਪੰਜਾਬੀ ਕਹਾਣੀਕਾਰ ਪੱਛਮੀ ਕਹਾਣੀ ਦੇ ਰੂਪਾਕਾਰ ਨੂੰ ਤਾਂ ਹੀ ਗ੍ਰਹਿਣ ਕਰ ਸਕੇ ਜੇਕਰ ਉਹਨਾਂ ਕੋਲ ਕਹਾਣੀ ਰਚਨਾ ਦਾ ਭਰਪੂਰ ਵਿਰਸਾ ਪ੍ਰਾਪਤ ਸੀ। ਦੋਸਤੋ ਇਹ ਗੱਲ ਕੁਝ ਕੁਝ ਠੀਕ ਹੈ। ਕਿਉਂਕਿ ਆਧੁਨਿਕ ਪੰਜਾਬੀ ਕਹਾਣੀਕਾਰਾਂ ਕੋਲ ਕਹਾਣੀ ਰਚਨਾ ਦੇ ਅੰਸ਼ ਵਿਰਸੇ ਵਿੱਚ ਸ਼ਾਮਲ ਸਨ ਪਰ ਇਹ ਭਰਪੂਰ ਮਾਤਰਾ ਵਿੱਚ ਨਹੀਂ ਸਨ ਸੋ ਸਾਡਾ ਸਹੀ ਉੱਤਰ ਆਪਸ਼ਨ 1 ਹੈ ਦੋਸਤੋ ਇਹ ਪ੍ਰਸ਼ਨ ਸੂਚੀ ਵਾਲਾ ਹੈ ਇਸ ਵਿੱਚ ਇੱਕ ਪਾਸੇ ਗਲਪਚਿੰਤਕਾਂ ਦੇ ਨਾਮ ਤੇ ਦੂਸਰੇ ਪਾਸੇ ਉਹਨਾਂ ਦੀਆਂ ਰਚਨਾਵਾਂ ਦੇ ਨਾਮ ਦੇ ਕੇ ਸਹੀ ਮਿਲਾਨ ਕਰਨ ਲਈ ਕਿਹਾ ਗਿਆ ਹੈ ਦੋਸਤੋ ప్రసిద్ధ ਪੰਜਾਬੀ ਗਲਪ ਚਿੰਤਕ ਟੀ ਆਰ ਬినోਦ ਦਵਾਰਾ ਰਚਿਤ ਪੰਜਾਬੀ ਕਹਾਣੀ ਪਾਠ ਤੇ ਪ੍ਰਸੰਗ ਮਹੱਤਵਪੂਰਨ ਰਚਨਾ ਹੈ ਇਸੇ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਡਾ ਉੱਤਰ অপਸ਼ਨ 2 ਹੈ ਕਿਉਂਕਿ ਹੋਰ ਕਿਸੇ অপਸ਼ਨ ਵਿੱਚ ਇਹ ਝੁਟ ਠੀਕ ਨਹੀਂ ਪੈਂਦਾ ਦੋਸਤੋ ਅਗਲਾ ਪ੍ਰਸ਼ਨ ਵੀ ਸੂਚੀ ਵਾਲਾ ਹੈ ਇਸ ਵਿੱਚ ਇੱਕ ਪਾਸੇ ਬਾਰ ਦਾ ਨਾਮ ਅਤੇ ਦੂਸਰੇ ਪਾਸੇ ਬਾਰਕਾਰ ਦਾ ਨਾਮ ਦੱਸਿਆ ਗਿਆ ਹੈ ਰਚਨਾ ਨੂੰ ਉਸਦੇ ਸਹੀ ਰਚਨਾਕਾਰ ਨਾਲ ਮਿਲਾਨ ਕਰਨਾ ਹੈ। ਦੋਸਤੋ ਸਰਹੰਦ ਦੀ ਵਾਰ ਵਿਦਾਤਾ ਸਿੰਘ ਤੀਰ ਦੀ ਮਹੱਤਵਪੂਰਨ ਰਚਨਾ ਹੈ। ਤੇਲंगाना ਦੀ ਵਾਰ ਪਿਆਰਾ ਸਿੰਘ ਸਹਰਾਈ ਦੀ ਰਚਨਾ ਹੈ। ਇਹਨਾਂ ਦੋ ਆਪਸ਼ਨ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਾਡਾ ਉੱਤਰ ਆਪਸ਼ਨ 1 ਹੈ। ਦੋਸਤੋ ਅਗਲਾ ਪ੍ਰਸ਼ਨ ਹੈ ਕਿ ਪ੍ਰਵਾਸੀ ਪੰਜਾਬੀ ਸਾਹਿਤ ਦੇ ਪ੍ਰਭਾਸ਼ਕ ਤਤਾਂ ਦਾ ਸਹੀ ਵਰਗ ਕਿਹੜਾ ਹੈ ਦੋਸਤੋ ਇਸ ਵਿੱਚ ਪ੍ਰਵਾਸੀ ਪੰਜਾਬੀ ਸਾਹਿਤ ਦੇ ਪ੍ਰਵਾਸ਼ਿਕ ਤੱਤਾਂ ਬਾਰੇ ਪੁੱਛਿਆ ਗਿਆ ਹੈ ਦੋਸਤੋ ਵਿਸਥਾਪਨ ਹਾਸ਼ੀਏਗਤ ਮਨੁੱਖ ਤੇ ਨਸਲੀ ਵਿਤਕਰਾਹੀ ਦਿੱਤੇ ਹੋਏ ਆਪਸ਼ਨ ਜੇ ਵਿੱਚੋਂ ਸਾਡਾ ਸਹੀ ਉੱਤਰ ਦਰਸਾਉਂਦੇ ਹਨ ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 1 ਹੈ ਦੋਸਤੋ ਇਹ ਪ੍ਰਸ਼ਨ ਵੀ ਸੂਚੀ ਵਾਲਾ ਹੈ ਇਸ ਵਿੱਚ ਇੱਕ ਪਾਸੇ ਪੰਜ ਪੱਛਮੀ ਚਿੰਤਕ ਤੇ ਦੂਸਰੇ ਪਾਸੇ ਉਹਨਾਂ ਦੁਆਰਾ ਦਿੱਤੇ ਸੰਕਲਪਾਂ ਬਾਰੇ ਦੱਸਿਆ ਗਿਆ ਹੈ ਦੋਹਾਂ ਦਾ ਸਹੀ ਮਿਲਾਨ ਕਰਨਾ ਹੈ ਕਿ ਕਿਸ ਚਿੰਤਕ ਨੇ ਕਿਹੜਾ ਸੰਕਲਪ ਦਿੱਤਾ ਹੈ ਦੋਸਤੋ ਕਿਰਤ ਤੇ ਪਾਠ ਦਾ ਸੰਕਲਪ ਰੋਲਾ ਵਾਰਤ ਨੇ ਦਿੱਤਾ ਸੀ ਅੰਤਰ ਪਾਠਤਮਕਤਾ ਦਾ ਸੰਕਲਪ ਜੂੜਿਆ ਕ੍ਰਿਸ਼ਤੇਵਾ ਨਾਲ ਸੰਬੰਧਿਤ ਹੈ ਕਾਰਜ ਦੇ ਪ੍ਰਕਾਰ ਜਿ ਬਾਰੇ ਬਲਾਦੀਮੀਰ ਪ੍ਰੋਪ ਨੇ ਚਰਚਾ ਕੀਤੀ ਹੈ ਬਹੁਨਾਦੀ ਤੇ ਸੰਬਾਦੀ ਮਖਾਇਲ ਬਖਤਨ ਦਾ ਸੰਕਲਪ ਹੈ ਇਸ ਪ੍ਰਕਾਰ ਸਾਡਾ ਉੱਤਰ অপਸ਼ਨ 3 ਹੈ ਦੋਸਤੋ ਇਸ ਪ੍ਰਸ਼ਨ ਅੰਦਰ ਪ੍ਰਸਿੱਧ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਦੇ ਜੀਵਨ ਕਾਲ ਬਾਰੇ ਪੁੱਛਿਆ ਗਿਆ ਹੈ ਧਨੀ ਰਾਮ ਚਾਤ੍ਰਿਕ ਦਾ ਜਨਮ 1876 ਈਸਵੀ ਵਿੱਚ ਹੋਇਆ ਸੀ ਤੇ 1954 ਈਸਵੀ ਵਿੱਚ ਉਸ ਦੀ ਮੌਤ ਹੋਈ ਸੀ ਇਸ ਪ੍ਰਕਾਰ ਸਾਡਾ ਸਹੀ ਉੱਤਰ 1876 ਤੋਂ 1954 ਈਸਵੀ ਨੂੰ ਦਰਸਾਉਂਦਾ ਆਪਸ਼ਨ 1 ਹੈ। ਦੋਸਤੋ ਇਹ ਪ੍ਰਸ਼ਨ ਸਾਹਿਤ ਗਿਆਨ ਨਾਲ ਸੰਬੰਧਿਤ ਹੈ। ਦੋਸਤੋ ਸਾਹਿਤ ਵਿਗਿਆਨ, ਸਾਹਿਤ ਇਤਿਹਾਸ, ਸਾਹਿਤਿਕ ਤੱਥ, ਸਾਹਿਤ ਦਰਸ਼ਨ, ਸਾਹਿਤ ਸ਼ਾਸਤਰ ਆਦ ਬਖ ਬਖ ਟਰਮ ਹਨ। ਸਾਹਿਤ ਵਿਗਿਆਨ ਦਾ ਮੁੱਖ ਮਨੋਰਥ ਸੰਕਲਪੀ ਪ੍ਰਬੰਧ ਦੀ ਉਸਾਰੀ ਕਰਨਾ ਹੁੰਦਾ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ ਦੋਸਤੋ ਇਸ ਲੈਕਚਰ ਦੇ ਵਿੱਚ ਆਪਾਂ ਦਸੰਬਰ 2019 ਦੇ ਵਿੱਚ ਆਏ ਹੋਏ ਪੰਜਾਬੀ ਵਿਸ਼ੇ ਦੇ ਨੈਟ ਦੇ 20 ਪ੍ਰਸ਼ਨ ਹੱਲ ਕੀਤੇ ਹਨ ਇਸ ਤੋਂ ਅਗਲੇ ਪ੍ਰਸ਼ਨ ਦੇ ਲਈ ਆਪਾਂ ਅਗਲੇ ਲੈਕਚਰ ਦੇ ਵਿੱਚ ਹੱਲ ਕਰਾਂਗੇ ਉਮੀਦ ਹੈ ਤੁਹਾਨੂੰ ਹੁਣ ਤੱਕ ਸਮਝਾਏ ਹੋਏ 20 ਪ੍ਰਸ਼ਨ ਸਮਝ ਆਏ ਹੋਣਗੇ ਧੰਨਵਾਦ